ਦੀ ਦੁਕਾਨ ਤੇ ਕੀ ਗੱਲ ਹੋਈ ਹੈ ਤੁਹਾਡੇ ਘਰ ਵਾਲੇ? ਉਹਨਾਂ ਨੂੰ ਨਾ ਲਾਈਟ ਲੱਗ ਗਈ ਸੀ। ਅੱਛਾ ਜੀ। ਤੇ ਉਹਦੇ ਘਰ ਨੂੰ ਮਤਲਬ ਕਿ ਪੈਸੇ ਲੈਣੇ ਕਾ ਕੋਲ ਤੇ ਰਾਜਪੂਤ ਨੂੰ ਤੱਕ ਕਰਦੇ ਜਾ। ਕਿਦਨ ਦੱਸ ਹੋਈ ਹੈ? 13 ਤਰੀਕ ਨੂੰ। ਹਾਂਜੀ, ਖਾਣ ਕੋਲ ਕਰਾਉਣਾ ਪਰ ਘਰ ਦੇ ਕਿੰਨਾ ਕੁ ਸਰਦਾ ਹੀ ਆ, ਨਾ ਵੀ ਪੈਸੇ ਤੇ ਲਈ ਆ। ਮੇਰਾ ਕੁਛ ਨਹੀਂ ਹੈਗਾ ਘਰ ਦੇ। ਕੀ ਮੰਗ ਕਰਦੇ? ਮੰਗ ਇਹ ਕਰਦੇ ਵੀ ਮਤਲਬ ਜਿਹੜਾ ਵੀਰ ਘਰ ਆਈ ਗਈ ਉਹਨੂੰ ਬੱਚੇ ਕਰਦੇ ਤੇਰਾ ਖਾਣ ਪਾਣ ਵਧੀਆ ਹੋ ਜਾਏਗਾ। ਬੱਚੇ ਤਿੰਨ ਮੇਰੇ ਮਤਲਬ ਕਮਾਉਣ, ਤੁਹਾਨੂੰ ਪਤਾ ਨਹੀਂ ਮੇਰਾ ਹੈਗਾ। ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੂ ਅੱਗੇ? ਘਰ ਦਾ ਗੁਜ਼ਾਰਾ ਤੇ ਜੇ ਤਾਂ ਬੜੀ ਮੁਸ਼ਕਲ ਜਿਹੀ ਪਈ ਹੈ। ਇੱਦਾਂ ਚਲੋ ਵੀਰ ਭਰਾ ਵਧੀਆ ਤਿੰਨ ਜੋੜ ਕੇ ਲਾ ਕੇ ਜੋੜਾ ਮੇਰੀ ਮਦਦ ਕਰਦੇ। ਨਾ ਤੇਰਾ ਤੇ ਕੀ ਗੱਲ ਹੋਈ ਪਾਪਾ ਦੇ? ਡੈਥ ਕਿਸ ਤਰ੍ਹਾਂ ਹੋ ਗਈ ਉਹਨਾਂ ਦੀ? ਡੈਥ ਉਹਨਾਂ ਨੂੰ ਲੱਗ ਲੱਗੀ ਹੋਈ ਸੀ ਤੇ ਲਾਗ ਜਿਹਨਾਂ ਉਹਨਾਂ ਦੇ ਲਾਗ ਨਹੀਂ ਆ ਤੇ ਉਹਨਾਂ ਦੀ ਡੈਥ ਹੋ ਗਈ। ਤੇ ਕੀ ਤੁਸੀਂ ਮੰਗ ਕਰਦੇ ਹੋ ਦਾਨੀ ਸਿੰਘ? ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਤੁਸੀਂ ਜਾਂਦੇ ਸਕੂਲੇ? ਹਾਂਜੀ ਜਾਂਦੇ ਹਾਂ, ਬਟ ਹੁਣ ਮੈਂ ਘਰਾਂ ਦੇ ਕੰਮ ਕਰਦੀ ਹਾਂ। ਹੁਣ ਜਿਹੜਾ ਘਰ ਦਾ ਗੁਜ਼ਾਰਾ ਉਹ ਕਿੱਦਾਂ ਚੱਲਦਾ? ਮਤਲਬ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।